ਦਿੱਲੀ ਵਿੱਚ ਪਠਾਨਕੋਟ ਵਿਖੇ ਸ਼ਿਵ ਸੈਨਾ ਹਿੰਦ ਵੱਲੋਂ ਰਿਫਰੈਂਡਮ 2020 ਦਾ ਵਿਰੋਧ ਕੀਤਾ ਗਿਆ ਤੇ ਪਠਾਨਕੋਟ ਵਿੱਚ ਇਸ ਦੇ ਵਿਰੁੱਧ ਰੋਸ ਮਾਰਚ ਕੱਢਿਆ ਗਿਆ। ਇਸ ਦੇ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਰਵੀ ਸ਼ਰਮਾ ਨੇ ਕਿਹਾ ਕਿ ਕੁਝ ਸ਼ਰਾਰਤੀ ਤੇ ਸਵਾਰਥੀ ਕੱਟੜਪੰਥੀਆਂ 1984 ਦੇ ਕਾਲੇ ਦੌਰ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਅੱਜ ਸਮੇਂ ਦੀ ਮੰਗ ਹੈ ਕਿ ਰੈਫਰੈਂਡਮ 2020 ਦੇ ਖਿਲਾਫ ਸਾਰੇ ਸਮਾਜ ਨੂੰ ਇਕਜੁੱਟ ਹੋਣ ਦੀ ਲੋੜ ਹੈ, ਕਿਉਂਕਿ ਕੁਝ ਸ਼ਰਾਰਤੀ ਅਤੇ ਸਵਾਰਥੀ ਕੱਟੜਪੰਥੀਆਂ 1984 ਦੇ ਕਾਲੇ ਦੌਰ ਨੂੰ ਪੰਜਾਬ 'ਚ ਦੁਹਰਾਉਣ ਦਾ ਪ੍ਰਯਾਸ ਕਰ ਰਹੀ ਹੈ, ਜਿਹਦੇ ਤਹਿਤ ਰੈਫਰੈਂਡਮ 2020 ਨਾਮਕ ਇੱਕ ਡਰਾਮਾ ਜਿਹੜਾ ਉਹ ਪੰਜਾਬ 'ਚ ਕਰਨ ਨੂੰ ਕੱਟੜਪੰਥੀਆਂ ਜਿਹੜੀਆਂ ਉਤਾਰੂ ਨੇ, ਉਹਦਾ ਵਿਰੋਧ ਕਰਦੇ ਹੋਏ ਸ਼ਿਵ ਸੈਨਾ ਹਿੰਦ ਆਪਣੇ ਤੈਅਸ਼ੁਦਾ ਪ੍ਰੋਗਰਾਮ ਦੇ ਤਹਿਤ ਅੱਜ ਰੈਫਰੈਂਡਮ 2020 ਦਾ ਜਿਹੜਾ ਨਾਗ ਹੈ ਉਹਨੂੰ ਕੁਚਲਣ ਵਾਸਤੇ ਅੱਜ ਆਪਣੇ ਦਫ਼ਤਰ ਤੋਂ ਇੱਕ ਭਗਵਾ ਮਾਰ ਜਿਹੜਾ ਉਹ ਕੀਤਾ ਗਿਆ ਔਰ ਰੈਫਰੈਂਡਮ 2020 ਆਕਾਰ ਦਾ ਅੱਜ ਸਾਂਝੇ ਤੌਰ 'ਤੇ ਪੁਤਲਾ ਫੂਕਿਆ ਗਿਆ। ਮੈਂ ਦੱਸ ਦੇਵਾਂ ਕਿ ਸ਼ਿਵ ਸੈਨਾ ਹਿੰਦ ਇਸ ਨਾਗ ਨੂੰ ਕੁਚਲਣ ਵਾਸਤੇ ਵਚਨਬੱਧ ਹੈ, ਉਹਦੀ ਲੜੀ ਦੇ ਤਹਿਤ ਅੱਜ ਦਾ ਜਿਹੜਾ ਕਾਰਜਕ੍ਰਮ ਹੈ ਉਹ ਕੀਤਾ ਗਿਆ। 5 ਤਰੀਕ ਨੂੰ ਮੋਗੇ ਵਿੱਚ ਧਰਮ ਸ਼ੰਸਾ ਕਰਾਈ ਜਾ ਰਹੀ ਹੈ, ਜਿੱਥੇ ਵੱਡਾ ਇਕੱਠ ਜਿਹੜਾ ਪਠਾਨਕੋਟ ਤੋਂ ਜਾਏਗਾ। ਜੈ ਹਿੰਦ, ਜੈ ਮਹਾਰਾਸ਼ਟਰ। ਰੰਗਲਾ ਟੀਵੀ ਲਈ ਪਠਾਨਕੋਟ ਤੋਂ ਧਰਮਿੰਦਰ ਠਾਕੁਰ ਦੀ ਰਿਪੋਰਟ।